ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਮਿਹਨਤਾਂ ਕਾਫਸ਼ਾਂ ਕਰਕੇ ਖੂਬਸੂਰਤ ਔਰ ਲਾਜਵਾਬ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹੁੰਦਾ। ਨਾਜ਼ਰੀਨ, ਜਿਹੜੀ ਅੱਜ ਦੀ ਵੀਡੀਓ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦਿਖਾਉਣ ਲੱਗਿਆ, ਮੇਰਿਆਂ ਬੜਿਆਂ ਭਰਾਵਾਂ ਨੇ ਕਿਹਾ ਸੀ ਕਿ ਜਵੇਦ ਬਾਈ ਮਕੂਰ ਰੇਟ ਦੇ ਵਿੱਚ ਬੈਠ ਹੋਵੇ ਔਰ ਸਾਫ਼ ਸੁਥਰੀ ਹੋਵੇ ਔਰ ਸੋਹਣੇ ਪ੍ਰਿੰਟ ਦੇ ਵਿੱਚ ਹੋਵੇ, ਸਿਰੋਂ ਦੋਸਤੋ ਮੋਨੀ ਹੋਵੇ, ਔਰ ਜਨਾਬ ਮੇਰੇ ਭਰਾਵਾਂ ਨੇ ਕਿਹਾ ਸੀ ਕਿ ਮਗਰ ਵੱਛੀ ਹੋਵੇ ਤੇ ਥਣ ਪਾਵਰ ਵਾਲਾ ਹੋਵੇ। ਅੱਜ ਸਾਰੀਆਂ ਡਿਮਾਂਡਾਂ ਵੀਰਾਂ ਦੀਆਂ ਪੂਰੀਆਂ ਕਰ ਦਿੱਤੀਆਂ ਨੇ ਔਰ ਮਾਸ਼ਾਅੱਲਾ ਮੇਰੇ ਵੀਰਾਂ ਨੇ ਵੈਟ ਦੇਖਣੀ ਹੈ। ਦੂਜਾ ਸੂਆ ਸੂਈ ਹੈ, ਮਗਰ ਜਨਾਬੇ ਲਈ ਵੱਛੀ ਹੈ, ਗਾਏ ਦਾ ਮਾਸ਼ਾਅੱਲਾ ਥਣ ਬਹੁਤ ਲਾਜਵਾਬ, ਪ੍ਰਿੰਟ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਔਰ ਲੈਣੇ ਦੇਣੇ ਦੋਸਤੋ ਮੁਕੱਦਰ ਨੇ, ਸੌਦੇ ਹੋਣਗੇ ਨਸੀਬਾਂ ਦੇ। ਵੈਣ ਨੂੰ ਮੇਰੇ ਵੀਰਾਂ ਨੇ ਪੂਰਾ ਤੱਕਣਾ, ਜਿਹੜਾ ਮੇਰਾ ਭਰਾ ਗਾਂ ਨੂੰ 100/100 ਸਮਝਦਾ, ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਵੀਡੀਓ ਲੱਗੀ 5 ਮਿੰਟਾਂ ਬਾਅਦ ਮੰਗੇਗਾ। ਮਾਸ਼ਾਅੱਲਾ ਗਾਏ ਦਾ ਥਣ ਚੰਗਾ ਪਾਵਰ ਵਾਲਾ, ਗਾਂ ਦੀ ਨਸਲ ਪੂਰੀ ਔਰ ਗਾਂ ਦਾ ਕੱਦ ਕਾਠ ਪੂਰਾ, ਸਿਰੋਂ ਦੋਸਤੋ ਓਰੀਜਨਲ ਮੋਨੀ ਹੈ, ਦੁੱਧ ਵਾਲੀ ਕੱਚ ਦੀਆਂ ਹੱਡੀਆਂ ਦੇ ਵਿੱਚ ਵੈੜ ਬਣੀ ਹੋਈ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ। ਇਹਦੇ ਲਈ ਮੈਂ ਖੜਾ, ਗਾਏ ਦੀ ਹਾਈਟ ਮੇਰੇ ਜੈਜ਼ਾ ਲਾ ਲੈਣ ਭਰਾ, ਮਾਸ਼ਾਅੱਲਾ ਕਿੱਡੀ ਹੈ, ਔਰ ਵੈੜ ਦਾ ਟੁਰਨ ਫਿਰਨ ਮਾਸ਼ਾਅੱਲਾ ਬਿਲਕੁਲ ਲਾਜਵਾਬ ਹੈ। ਔਰ ਬਾਕੀ ਸੌਦੇ ਮੁਕੱਦਰਾਂ ਦੇ ਹੋਣਗੇ ਔਰ ਨਸੀਬਾਂ ਨਾਲ ਹੋਣਗੇ, ਜਾਨਵਰ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਹਰ ਪਾਸੋਂ ਚੌ ਨੁਕਰਾਂ ਤੋਂ ਪੂਰੀ ਹੈ। ਵੈੜ ਦਾ ਪ੍ਰਿੰਟ ਚੰਗਾ, ਵੈੜ ਦੇ ਮਾਸ਼ਾਅੱਲਾ ਜਵਾਨੀ ਚੰਗੀ, ਔਰ ਵੈੜ ਦੇ ਮਗਰ ਵੱਛੀ ਔਰ ਥਣ ਚੰਗਾ, ਔਰ ਦੁੱਧ 20+ ਤੋਂ ਉੱਤੇ ਜਨਾਬ, ਪਰ ਬਾਈ ਆਉਂਦਾ 20+ ਦੀ ਆਪਾਂ ਗਰੰਟੀ ਦੇਵਾਂਗੇ। ਜਵੇਦ ਬਾਈ ਪਹਿਲੇ ਉਹਨੇ ਚੁਆਈ ਤੋਂ ਪਹਿਲੇ ਦੱਸ ਦੇ ਕਿ ਮੇਰੀ ਗਾਂ 20 ਲੀਟਰ ਹੀ ਹੈ, 2 ਟਾਈਮ ਦਾ ਜਨਾਬੇ ਲਈ ਠੰਡਾ ਠਾਰ ਦੁੱਧ, ਜਿਹੜਾ ਗੜਵੀ ਮਾਰਮਾ ਹੈ ਔਰ ਜਿਹੜਾ ਜਨਾਬੇ ਲਈ ਤੱਕੜੀ ਤੋਲਵਾ ਹੈ, ਉਹ ਜਨਾਬੇ ਲਈ 10 ਸੇਰ 1 ਟਾਈਮ ਦਾ, 2 ਟਾਈਮਾਂ ਦਾ 20 ਸੇਰ ਗਾਂ ਦੇ ਕੋਲ ਦੁੱਧ ਜਨਾਬੇ ਲਈ, 20 ਸੇਰ ਹੀ ਵੈੜ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ। ਔਰ ਇਨਸ਼ਾਅੱਲਾ ਤਾਲਾ ਵੀਡੀਓ ਪਸੰਦ ਆਏਗੀ। ਗਰਮੀ ਸਰਦੀ ਦੀ ਵੀਡੀਓ ਸ਼ਹਿਜ਼ਾਦੀ ਹੈ ਗਾਂ, ਔਰ ਨਸਲੋ ਜ਼ਾਤੋ ਪੂਰੀ ਔਰ ਹਰ ਪਾਸੋਂ ਮਾਸ਼ਾਅੱਲਾ ਲਾਜਵਾਬ ਹੈ। ਸੌਦੇ ਮੁਕੱਦਰਾਂ ਦੇ ਨੇ ਔਰ ਇਨਸ਼ਾਅੱਲਾ ਤਾਲਾ ਵੈੜ ਦਾ ਪੂਰਾ ਅੰਗ ਅੰਗ ਮੈਂ ਆਪਣੇ ਭਰਾਵਾਂ ਨੂੰ ਦਿਖਾਉਂਦਾ ਪਿਆ। ਕੋਈ ਵੀ ਤੁਹਾਡੀ ਨਜ਼ਰ ਤੋਂ ਚੀਜ਼ ਉਹਜਲ ਨਹੀਂ ਰਹਿਣ ਦੇਣੀ। ਤੁਹਾਡਾ ਦੇਸ਼ ਪੰਜਾਬ ਵੀ ਆਪਣੇ ਸਬਸਕ੍ਰਾਈਬਰਾਂ ਲਈ ਪਿਆਰ ਔਰ ਮੁਹੱਬਤ ਚਾਹਤ ਵੰਡਦਾ, ਔਰ ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਹਮੇਸ਼ਾ ਵੰਡਦੇ ਰਹਾਂਗੇ। ਵੀਰਾਂ ਨਾਲ ਚਾਹਤਾਂ ਪਿਆਰ ਮੁਹੱਬਤ ਪੂਰਾ ਵੰਡਾਂਗੇ ਵੀਰਾਂ ਨਾਲ, ਕੋਈ ਵੀ ਭਰਾਵਾਂ ਦੀ ਨਜ਼ਰ ਤੋਂ ਜਨਾਬ ਚੀਜ਼ ਉਹਜਲ ਨਹੀਂ ਰਹਿਣ ਦੇਵਾਂਗੇ। ਭਾਈਜਾਨ ਲਿਆਓ ਬਾਲਟੀ ਪੁੱਤਰ ਪਸੰਦ ਪੀਏ ਦਾ, ਚੁਆਈ ਸ਼ੁਰੂ ਕਰ ਦਿਓ ਔਰ ਚੁਆਈ ਕਰਾ ਕੇ ਵੀਰਾਂ ਨੂੰ ਤਸੱਲੀਆਂ ਕਰਾਓ। ਸਾਰਿਆਂ ਥਾਂ 'ਚ ਭਾਈਜਾਨ ਇੱਕ ਇੱਕ ਤਾਰ ਮਾਰ ਕੇ ਵਿਖਾਇਆ ਜੋ, ਪਸਮਾ ਵਿਖਾ ਦਿਓ ਕੈਮਰਾਮੈਨ ਸਾਹਿਬ, ਥਾਂ ਦੇਖਦੇ ਪਏ ਨੇ ਬੜਾ ਪਾਵਰ ਵਾਲਾ। ਮਾਸ਼ਾਅੱਲਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ, ਇਹ ਮੇਰੇ ਭਰਾਵਾਂ ਦੇ ਦਿਲ ਦੀ ਖੁਆਇਸ਼ ਹੁੰਦੀ ਹੈ ਇਸ ਗਾਂ ਦੀ ਇਸ ਨਸਲ ਦੇ ਵਿੱਚ ਜਿਹਦਾ ਥਣ ਹੋਵੇ। ਮਾਸ਼ਾਅੱਲਾ ਜੇ ਉਹਨਾਂ ਮੈਂ ਵੀਰਾਂ ਦੀਆਂ ਖੁਆਇਸ਼ਾਂ ਵੀ ਪੂਰੀਆਂ ਕਰ ਦਿੱਤੀਆਂ ਨੇ। ਪਾਵਰ ਵਾਲਾ ਥਣ ਇਹਨੂੰ ਕਿਹਾ ਜਾਂਦਾ, ਲੋਕ ਹਰ ਥਣ ਨੂੰ ਪਾਵਰ ਵਾਲਾ ਆਉਂਦੇ ਨੇ। ਅੱਲਾ ਦੇ ਕੋਲ ਪਾਵਰ ਵਾਲਾ ਥਣ ਹੈ ਜਨਾਬ, ਮੇਰੇ ਵੀਰ ਚੁਆ ਵੇਖਦੇ ਪਏ ਨੇ ਮਾਸ਼ਾਅੱਲਾ, ਸਾਰਿਆਂ ਥਾਂ 'ਚ ਵੇਖ ਲੈਣ, ਸੋਹਣਾ ਲਾਜਵਾਬ ਚੁਆ, ਨਾ ਕੋਈ ਛੱਟ ਨਾ ਕੋਈ ਫੁਹਾਰ ਨਾ ਕੋਈ ਮਰੋੜ। ਅਗਲਾ ਚੋਵੇ ਪਾਈ ਜਾ, ਔਰ ਪੋਲੀ ਹੈ ਨਹੀਂ ਭਾਵੇਂ ਜਨਾਬ 4 ਸਾਲ ਦਾ ਬੱਚਾ ਚੋਲ ਹੈ ਵੈਣ ਨੂੰ। ਦੁੱਧ ਪੁੱਤਰ ਵਾਲੇ ਜਾਨਵਰ ਦੇਖਦੇ ਪਏ ਨੇ, ਮਾਸ਼ਾਅੱਲਾ 6 ਇੰਚ ਦੇ ਪੈਪ ਖੁੱਲ ਜਾਂਦੇ ਨੇ ਵੈਣ ਦੇ, ਇੰਨਾ ਚੁਆ ਮਾਸ਼ਾਅੱਲਾ ਮੋਟਾ ਹੈ। ਕੈਮਰਾਮੈਨ ਸਭ ਪਰਲੇ ਮੈਨੂੰ ਕੈਮਰਾ ਲੈ ਜਾਓ, ਪੂਰਾ ਵੀਰਾਂ ਦਿਖਾਓ ਵੀਰ ਚੁਆ ਵੇਖਣ ਗਾਏ ਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਕਮਾਲ ਦੀ ਚੁਆਈ ਹੈ ਵੈਣ ਦੇ। ਮਾਸ਼ਾਅੱਲਾ ਦੁੱਧ ਵੀ ਸਫੈਦ ਚਿੱਟਾ ਹੋਏਗਾ ਵੀਰਿਓ, ਚੁਆ ਐਡਾ ਐਡਾ ਮੋਟਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ, ਜਿਵੇਂ 6 ਇੰਚ ਦਾ ਪੈਪ ਖੁੱਲ ਗਿਆ ਦੋਸਤ।
ਜਾਨਵਰ ਤੇ ਬੰਦਾ ਥੱਲੇ ਪਵੇ ਤਾਂ ਪਤਾ ਲੱਗ ਜਾਂਦਾ ਕਿ ਗਾਂ ਦਾ ਕਿੱਦਾਂ ਕੱਦ ਏ। ਬਾਈ ਥੱਲੇ ਬੈਠੇ ਕਮ ਸੇ ਕਮ ਬਾਈ ਦਾ ਕੱਦ ਕਾਠ ਵਾਲਾ ਬੰਦਾ, ਪੂਰੇ ਵਜੂਦ ਵਾਲਾ ਬੰਦਾ, ਮਾਸ਼ਾਅੱਲਾ ਥੱਲੇ ਗਾਂ ਦੇ ਬੈਠੇ। ਤੂੰ ਤਾਂ ਮੇਰੇ ਵੀਰ ਦੇਖ ਲੈ, 4 ਫੁੱਟ ਤਾਂ ਉੱਚੀ ਖੜੀ, 3 ਫੁੱਟ ਬੈਠ। ਸੌਦੇ ਮੁਕਦਰਾਂ ਨਾਲ ਨੇ, ਨਸੀਬਾਂ ਨਾਲ ਨੇ, ਵੈਰ ਚ ਕਮੀ ਕੋ ਨੀ ਦੋਸਤੋ। ਮਾਸ਼ਾਅੱਲਾ ਇਹ ਜਿਹਨੂੰ ਕਹਿੰਦੇ ਨੇ ਕਿ ਸੁੱਚਾ ਸੋਨਾ, ਅੱਲਾਹ ਦੇ ਹੁਕਮ ਨਾਲ ਸੁੱਚਾ ਸੋਨਾ ਹੀ ਹੈ। ਇੱਕ ਟਾਈਮ ਸੋਨੇ 'ਚ ਖੋਟ ਹੋ ਸਕਦਾ ਹੈ, ਅੱਲਾਹ ਦੇ ਹੁਕਮ ਨਾਲ ਇਸ ਗਾਂ 'ਚ ਖੋਟ ਕੋ ਨਹੀਂ ਇਨਸ਼ਾਅੱਲਾ। ਇਹ ਖਰਾ ਗੋਲਡ ਹੀ ਅੱਲਾਹ ਦੇ ਹੁਕਮ ਨਾਲ, ਖਰਾ ਗੋਲਡ ਜਿਹਨੂੰ ਕਿਹਾ ਜਾਂਦਾ, 100/100 ਖਰੀ ਵੈੜ ਹੈ। ਵੀਹ ਲੀਟਰ ਹੀ ਹੈ ਦੋਸਤੋ, ਬਾਈ ਦੀਆਂ ਗਰੰਟੀਆਂ ਨੇ 20 ਪਲੱਸ ਦੀਆਂ। ਬਾਕੀ ਸੌਦੇ ਨਸੀਬਾਂ ਦੇ ਹੋਣਗੇ, ਮੁਕਦਰਾਂ ਦੇ ਹੋਣਗੇ, ਵੈੜ ਦੀਆਂ ਪੱਕੀਆਂ ਗਰੰਟੀਆਂ ਨੇ ਜਨਾਬ ਇਹਨਾਂ। ਚੁੱਪ ਕੇ ਬਿਲਕੁਲ ਨਿੱਬੂ ਹੈ, ਕਾਗਜ਼ੀ ਨਿੱਬੂ ਜਿਹਨੂੰ ਕਿਹਾ ਜਾਂਦਾ ਹੈ। ਔਰ ਜਿਹੜੀ ਵੈੜ ਮੇਰਾ ਵੀਰ ਸਮਝਦਾ ਇਸ ਗਾਂ ਨੂੰ ਅੱਲਾਹ ਦੇ ਹੁਕਮ ਨਾਲ ਨਾ ਜੀ, ਉਹ ਅੱਲਾਹ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਕਾਲ ਵੀਰ ਜ਼ਰੂਰ ਕਰੇਗਾ। ਲੈਣਾ ਦੇਣਾ ਤਾਂ ਨਸੀਬ ਦਾ ਹੋਵੇਗਾ, ਕਾਲ ਜ਼ਰੂਰ ਕਰੇਗਾ ਜਿਹੜਾ ਗਾਂ ਨੂੰ ਮੇਰਾ ਭਰਾ ਸਮਝਦਾ ਹੈ। ਅਤੇ ਮੁੱਲ ਬਹੁਤ ਹੀ ਮਕੂਲ ਹੋਣਾ ਅੱਜ, ਬਹੁਤ ਹੀ ਮਕੂਲ ਹੋਣਾ, ਮੁੱਲ ਮਕੂਲ ਦੇ ਵਿੱਚ ਅੱਲਾਹ ਦੇ ਹੁਕਮ ਨਾਲ ਆਪਣੇ ਭਰਾਵਾਂ ਦੇਣੀ ਵੈੜ। ਗੱਲਾਂ ਬਾਤਾਂ ਨੇ 3600 ਚੈਨਲ 'ਤੇ, 36,000 ਚੈਨਲ ਵੀ ਬਣ ਜਾਵੇ, 36 ਲੱਖ ਵੀ ਬਣ ਜਾਵੇ, ਅੱਲਾਹ ਦੇ ਹੁਕਮ ਨਾਲ ਤੁਹਾਡਾ ਦੇਸ਼ ਪੰਜਾਬ ਟੀਵੀ ਦੇ ਮਿਆਰ ਨੂੰ ਛੂਹ ਨਹੀਂ ਸਕਦਾ। ਤੁਹਾਡਾ ਦੇਸ਼ ਪੰਜਾਬ ਟੀਵੀ ਇੱਕ ਵਾਹਿਦ ਉਸ ਮਿਆਰ ਦਾ ਨਾਮ ਹੈ ਕਿ ਵੀਰਾਂ ਨਾਲ ਮੁਹੱਬਤ ਅਤੇ ਚਾਹਤਾਂ ਵੰਡਣ ਵਾਲੇ ਦਾ। ਇਸ ਚੈਨਲ ਦਾ ਨਾਮ ਹੀ ਤੁਹਾਡੇ ਤੋਂ ਸ਼ੁਰੂ ਹੈ, ਕਿਉਂਕਿ ਤੁਹਾਡੀ ਗੱਲ ਇਸ ਚੈਨਲ 'ਤੇ ਮਨੀਜਣੀ ਹੈ, ਕਿਸੇ ਹੋਰ ਦੀ ਨਹੀਂ ਮਨੀਜਣੀ। ਬਾਈ ਬਾਲਟੀ ਬਦਲ ਦਿਓ, ਵੀ ਪਲੱਸ ਵੈਟ ਜਨਾਬ। ਮੁੱਦੀ ਕਰਦੇ ਜੀ ਵੀਰੇ, ਚਲੋ ਜੀ ਭਾਈ ਰਿਆਸ, ਅੱਲਾਹ ਨੂੰ ਯਾਦ ਕਰੋ। ਮੇਰੇ ਖੁਦਾ ਨੇ ਚਾਹੇ ਇਨਸ਼ਾਅੱਲਾ ਤਾਲਾ ਮੇਰੇ ਵੀਰਾਂ ਨੂੰ ਵੈੜ ਪਸੰਦ ਆਏਗੀ ਅੱਲਾਹ ਦੇ ਹੁਕਮ ਨਾਲ, ਮੇਰੇ ਖੁਦਾ ਦੇ ਹੁਕਮ ਨਾਲ। ਕੱਦ ਵੱਡਾ ਗਾਂ ਦਾ ਦੋਸਤੋ, ਤੇ ਇਹਦੇ ਪੈਰ ਹਾਈਟ ਦਾ ਪਤਾ ਲੱਗਦਾ ਪਿਆ। ਜਨਾਬ ਸਾਰੀ ਗੱਲ ਮੇਰੇ ਵੀਰਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ, ਬਾਕੀ ਲੈਣੇ ਦੇਣੇ ਮੁਕੱਦਰ ਹੋਣਗੇ, ਸੌਦੇ ਦੋਸਤਾਂ ਨਸੀਬਾਂ ਦੇ ਹੋਣਗੇ, ਵੈੜ ਚ ਕੋਈ ਕਮੀ ਕੋ ਨਹੀਂ।
ਮਾਸ਼ਾਅੱਲਾ ਮੁੰਡਾ ਚੋਈ ਜਾਂਦਾ ਹੈ ਵੈਣ, ਮਾਸ਼ਾਅੱਲਾ ਹੀ ਇੰਨੀ ਅਸੀਲ ਸਾਊ ਹੈ, ਵੈਣ ਸੁੱਤੀ ਪਈ ਹੈ ਦੋਸਤੋ। ਇਹ ਹੁੰਦੀਆਂ ਨੇ ਅਸੀਲਤਾਂ ਗਾਂ ਜਾਨਵਰ ਦੀਆਂ, ਓਰਿਜਨਲ ਦਈਏ ਪਾਂਡਾ, ਮਾਸ਼ਾਅੱਲਾ ਆਰਡਰ ਕੁਆਲਿਟੀ ਦੁੱਧ ਵਾਲਾ। ਇਹਦੇ ਵਿੱਚ ਹੀ ਪਾ ਲੈ, ਇਹਦੇ ਵਿੱਚ ਪਾ ਲੈ ਉਰਲੀ 'ਚ, ਨਹੀਂ ਉਰਲੀ 'ਚ ਪਾ ਲੈ ਵੀ ਪੈ ਜਾਏਗਾ, ਬਾਕੀ ਚੋਲ ਲੈ ਕੇ ਕਿਹੜਾ ਇੰਨਾ, ਇਹਦੇ 'ਚ ਪਾ ਦੇ, ਇਹ ਬਾਲਟੀ ਫੁੱਲ ਕਰ ਦਿਓ। ਚੱਲ ਕੜਾ ਦਿਓ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਬੜੀ ਕਮਾਲ ਦੀ ਵੱਛੀ ਹੈ। ਵੱਛੀ ਨੂੰ ਖੁੱਲਾ ਦੋ ਛੱਡਾ, ਢਿੱਲਾ ਕਰ ਦਿੱਤਾ ਜੀ, ਚਾ ਖੋਲ ਦੇ ਹੁਣ ਜਾ ਤਾਂ ਅੱਲਾ ਦੇ ਕਰਮ ਨਾਲ ਵੀਡੀਓ ਪਸੰਦ ਆਏਗੀ। ਮਾਸ਼ਾਅੱਲਾ ਦਾ ਕਮੈਂਟ ਜ਼ਰੂਰ ਆਉਣੇ ਚਾਹੀਦੇ ਨੇ, ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਡੇ ਲਈ ਲੱਭ ਲੱਭ ਕੇ ਏਰੀਆ ਫਿਰ ਕੇ ਅਤੇ ਜਨਾਬੇ ਲਈ ਜਾਨਵਰ ਲੈ ਕੇ ਹਾਜ਼ਰ ਹੁੰਦਾ। ਸਾਡੀ ਬਾਈ ਮਿਹਨਤ ਵੇਖਿਆ ਕਰਨ, ਸਾਡੀ ਜਦੋਂ ਜਾਇਦ ਵੇਖਿਆ ਕਰਨ, ਔਰ ਸਾਡੇ ਕੰਮ ਵੇਖਿਆ ਕਰਨ, ਅੱਲਾ ਦੇ ਕੁਨਾ ਮੂੰਹ ਬੋਲਦਾ ਸਬੂਤ ਨੇ। ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਹਮੇਸ਼ਾ ਆਪਣੇ ਸਬਸਕ੍ਰਾਈਬਰਾਂ ਦੀ ਫੇਵਰ ਦੀ ਗੱਲ ਕੀਤੀ ਹੈ ਔਰ ਆਪਣੇ ਸਬਸਕ੍ਰਾਈਬਰਾਂ ਦੇ ਦਿਲ ਜਿੱਤੇ ਨੇ। ਬਾਕੀ ਲੈਣੇ ਦੇ ਨਾ ਮੁਕੱਦਰ ਨੇ, ਸੌਦੇ ਵੀਰੋ ਨਸੀਬਾਂ ਦੇ ਨੇ, ਸਾਰੀ ਗੱਲ ਤੁਹਾਡੇ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ। ਇਨਸ਼ਾਅੱਲਾ ਤਾਲਾ ਅੱਲਾ ਦੇ ਕੁਨਾ ਵੀਡੀਓ ਅੱਜ ਲਈ ਪਸੰਦ ਆਏਗੀ ਮੇਰੇ ਭਰਾਵਾਂ ਨੂੰ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬੜਾ ਪਿਆਰਾ ਚੁਆ ਹੈ, ਕਮਾਲ ਦਾ ਚੁਆ ਵੱਛੀ ਲੱਗਿਆ, ਬੜਾ ਪਿਆਰਾ ਚੁਆ ਜਿੰਨਾ ਵੀ ਆਖਿਆ ਜਾਵੇ, ਤੇ ਖਰੀ ਵੈੜ ਬਿਲਕੁਲ ਖਰਾ ਸੋਨਾ ਦੋਸਤੋ। ਬਹੁ ਜਿੰਨਾ ਰੋਜ਼ ਆਦੀ ਵੱਛੀ ਨੂੰ ਛੱਡਣਾ ਨਾ ਦੁੱਧ, ਉਹਨਾਂ ਮੇਰਾ ਨਿੱਕੇ ਵੀਰ ਛੱਡਣਾ, ਬਲਕਿ ਰੋਜ਼ ਨਾਲੋਂ ਪਾਈਆ ਆਪਾਂ ਵੱਧ ਛੱਡ ਦੇਣਾ। ਬਸ ਛੱਡ ਦੇ ਵੱਛੀ ਨੂੰ, ਵੱਛੀ ਨੂੰ ਰੱਜਣ ਦੇ ਯਾਰ, ਵੱਛੀ ਦਾ ਰੱਜ ਬਾਈ ਮੇਰੇ ਦੇਸ਼ ਦੇ ਪੈਰੇ ਚੜਾਇਆ। ਦੁੱਧ ਮਾਸ਼ਾਅੱਲਾ ਬਿਲਕੁਲ ਇਸ ਤਰੀਕੇ ਜਨਾਬ, ਮੇਰੇ ਵੀਰ ਭਰਾ ਦੋਸਤ ਦੇਖ ਲੈਣ, ਮਾਸ਼ਾਅੱਲਾ ਜਿਵੇਂ ਮੱਝ ਦਾ ਹੁੰਦਾ, ਕਿਉਂਕਿ ਜਿਹੜੀਆਂ ਇਹ ਗਾਵਾਂ ਨੇ ਚੋਲਸਤਾਨੀ ਕ੍ਰਾਸ ਫਰੀਜ਼ੀਅਨ, ਇਹਨਾਂ ਦਾ ਸਭ ਤੋਂ ਵੱਡੀ ਗੱਲ ਇੱਕ ਦੁੱਧ ਗਾੜਾ ਹੁੰਦਾ, ਔਰ ਉਸ ਤੋਂ ਦੂਸਰੀ ਵੱਡੀ ਗੱਲ ਇਹ ਕਿ ਗਰਮੀ ਨਹੀਂ ਕਰਦੀਆਂ, ਅਤੇ ਤੀਸਰੀ ਗੱਲ ਜਨਾਬੇ ਲਈ ਇਹ ਕਿ ਇਹਨਾਂ ਗਾਵਾਂ ਦਾ ਮਾਸ਼ਾਅੱਲਾ ਥਣ ਕਿਸੇ ਆਮ ਗਾਂ ਨਾਲ ਰਲਦਾ ਵੀ ਨਹੀਂ। ਇਹ ਮਸ਼ੀਨ ਤੋਂ ਬਗੈਰ ਵੀ ਚੁਆਈਆਂ ਕ੍ਰਾਸ ਕਰ ਸਕਦੇ ਹੋ, ਇਹ ਨਹੀਂ ਕਿ ਮਸ਼ੀਨ ਲੱਭੇ ਨਾ ਅਤੇ ਚੁਆਈ ਹੋਵੇ ਨਾ। ਇਹ ਜਨਾਬ ਮੇਰੇ ਵੀਰਾਂ ਦੇ ਸਾਹਮਣੇ ਸਾਰੀ ਗੱਲ, ਬਿਸਮਿਲ੍ਲਾ ਅਰਮਾਨ ਰਹੀਮ। ਦੇਖਦੇ ਭੈਣ ਦੁੱਧ ਕਿੰਨਾ ਸੰਘਣਾ ਅਤੇ ਗਾੜਾ, ਮੇਰੇ ਭਰਾਵਾਂ ਦੀ ਹਰ ਗੱਲ ਨਜ਼ਰ ਦੇ ਸਾਹਮਣੇ, ਬਿਸਮਿਲ੍ਲਾ ਦੀ ਬਰਕਤ। ਇਹ ਜਨਾਬ ਇੱਕ, ਇਹ ਵੀਰੇ ਮਾਸ਼ਾਅੱਲਾ ਦੋ, ਇਹ ਮਾਸ਼ਾਅੱਲਾ ਤਿੰਨ, ਇਹ ਵੀਰੇ ਚਾਰ, ਚਾਰ, ਇਹ ਮਾਸ਼ਾਅੱਲਾ ਪੰਜ, ਇਹ ਵੀਰੋ ਮਾਸ਼ਾਅੱਲਾ ਛੇ, ਇਹ ਮਾਸ਼ਾਅੱਲਾ ਸੱਤ, ਇਹ ਮਾਸ਼ਾਅੱਲਾ ਅੱਠ,
ਇਹ ਜਨਾਬ 9, ਇਹ ਮਾਸ਼ਾਅੱਲਾ 10, ਇਹ ਜਨਾਬ ਮਾਸ਼ਾਅੱਲਾ 11। ਬਾਈ ਨੇ ਆਪਣੇ 10 ਕਿਲੋ ਦੀ ਗਰੰਟੀਆਂ ਦਿੱਤੀਆਂ ਨੇ ਦੋਸਤੋ ਮੇਰੇ ਵੀਰਾਂ ਸਾਹਮਣੇ। ਠੰਡਾ ਹੋਰ ਹੋਣਾ ਇਹਨਾਂ ਦੇ 10 ਹੀ ਹੋਣੀਆਂ, 10 ਹੀ ਹੋਣੀਆਂ ਨੇ। ਬਿਲਕੁਲ ਰਿਆਜ਼ ਬਾਈ, ਤੇਰੀ ਤੇਰੀ ਗੱਲ ਉਹਦੇ 'ਚ ਵਜ਼ਨ ਹੈ ਤੇ ਆ ਜਾ ਮੇਰਾ ਭਰਾ। ਮਾਸ਼ਾਅੱਲਾ ਗੱਲਬਾਤ ਵਾਲਾ ਰਿਆਜ਼ ਬੰਦਾ, ਇਹ ਨਹੀਂ ਕਿ ਇਸ ਬੰਦੇ ਦੀ ਗੱਲ 'ਚ ਵਜ਼ਨ ਆਵੇ, ਇਸ ਗੱਲ ਦੀ ਗਰੰਟੀ ਅਸੀਂ ਵੀ ਦਿਆਂਗੇ। ਭਾਈ ਰਿਆਜ਼ ਇੱਕ ਮਾਸ਼ਾਅੱਲਾ ਇੱਕ ਮਿਆਰ ਵਾਲਾ ਬੰਦਾ ਹੈ, ਆਪਦੇ ਮਿਆਰ ਨੂੰ ਬਰਕਰਾਰ ਰੱਖਦਾ ਹੈ। ਜਵੇਦ ਮਿਆਰ ਇਨਸ਼ਾਅੱਲਾ ਤਾਲਾ ਖਰਾ ਜਾਨਵਰ ਬਣਾਉਂਦਾ ਬੰਦੇ। ਬਿਲਕੁਲ ਜੀ, ਤੇ ਔਰ ਖਰਾ ਜਾਨਵਰ ਕੇ ਤੋਂ ਖਰੇ ਪੈਸੇ ਦੇਣੇ ਨੇ ਆਪਾਂ। ਜਾਨਵਰ ਵੀ ਖਰਾ ਲੈਣਾ ਤੇ ਖਰੇ ਦੇ ਲੈ ਕੇ ਪੈਸੇ ਜਾਨਵਰ ਵੀ ਖਰਾ ਦੇਣਾ। ਖਰਾ ਦੇਣਾ ਇੰਜ ਨਹੀਂ ਕਿ ਪੈਸੇ ਖਰੇ ਲੈ ਕੇ ਬੰਦਾ ਕੋਈ ਤਾਰੀਫ ਨਹੀਂ ਕਰਦਾ, ਆਪਣਾ ਜਾਨਵਰ ਤਾਰੀਫ ਕਰਦਾ ਹੈ। ਇਹ ਮੇਰੇ ਭਰਾ ਨੂੰ ਮੈਂ ਦੱਸਦਾ, ਜਿਵੇਂ ਖਰੇ ਪੈਸੇ ਲੈ ਕੇ ਆਪਾਂ ਖਰਾ ਜਾਨਵਰ ਦੇਣਾ, ਲੋਕਾਂ ਤਰ੍ਹਾਂ ਨਹੀਂ ਖਰੇ ਪੈਸੇ ਲੈ ਕੇ ਤੇ ਖੋਟਾ ਜਾਨਵਰ ਦੇਣਾ। ਉਹ ਕੰਮ ਨਹੀਂ ਕਰਨਾ, ਉਹ ਨਾ ਉਹਦੀ ਉਮਰ ਹੈ ਨਾ ਉਸ ਕੰਮ ਦਾ ਪੱਕੀਆਂ ਟਾਈਮ। ਬੰਦਾ ਕੋਈ ਆਣ ਤੇ ਟੋਕਨ ਕਰਾਵੇ, ਦੋ ਟਾਈਮ ਚੁਆਈ ਕਰੇ, ਤਿੰਨ ਟਾਈਮ ਚੁਆਈ ਕਰੇ, ਆਪਾਂ ਨੂੰ ਕੋਈ ਟੈਨਸ਼ਨ ਨਹੀਂ। ਆਪਣੀ ਆਵਾਜ਼, ਆਪਣੀ ਆਵਾਜ਼ ਠੀਕ ਹੋ ਗਿਆ। ਅੱਛਾ ਰਿਆਜ਼ ਬਾਈ, ਸਾਰੀ ਗੱਲ ਵੀਰਾਂ ਭਰਾਵਾਂ ਦੋਸਤਾਂ ਨੇ ਵੇਖ ਲਈ ਹੈ, ਤਵੱਜੋ ਪੂਰੀ ਕਰ ਲੈਣਗੇ ਇਨਸ਼ਾਅੱਲਾ ਤਾਲਾ। ਜਿਹਨੇ ਲੈਣੀ ਹੈ ਨਾ, ਉਹਨੇ ਆਟੇ ਚ ਵਾਲ ਕੱਢਣਾ, ਉਹਨੂੰ ਕੱਢਣਾ ਵੀ ਚਾਹੀਦਾ, ਉਹਦਾ ਹੱਕ ਬਣਦਾ, ਉਹਦਾ ਹੱਕ ਬਣਦਾ। ਜਦੋਂ ਆਪਾਂ ਜਾਨਵਰ ਲੈਣ ਜਾਂਦੇ ਹਾਂ, ਆਪਣਾ ਵੀ ਹੱਕ ਬਣਦਾ, ਆਟੇ ਚੋਂ ਵਾਲ ਕੱਢਣੇ। ਅੱਛਾ ਮੇਰਾ ਭਰਾ, ਸਾਰੀ ਗੱਲ ਵੀਰਾਂ ਭਰਾਵਾਂ ਦੋਸਤਾਂ ਦੇ ਆ ਗਿਆ, ਆਪਣੀ ਗੱਲ ਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ? ਅੱਜ ਤਕਰੀਬਨ 10ਵਾਂ ਦਿਨ, 10ਵਾਂ ਦਿਨ ਹੈ ਜੀ। ਅੱਛਾ ਭਾਈਜਾਨ, ਆਪਣੀ ਗਾਂ ਕੋਲ 20 ਪਲੱਸ ਦੁੱਧ ਹੈ, ਇਹ ਆਪਾਂ ਦੱਸ ਦਿੱਤਾ, ਇਹ ਆਪਣੀ ਗਰੰਟੀ, ਇਹ ਆਪਣੀ ਗਰੰਟੀ ਹੈ। ਗਾਂ ਆਪਣੀ ਨੇ ਜੇਰ ਪਾਈ ਹੋਈ ਹੈ ਮੁਕੰਮਲ ਜੀ, ਪਿੱਛਾ ਤਾਂ ਨਹੀਂ ਆਪਣੀ ਗਾਂ ਕੋਲ? ਨਾ ਜੀ ਇਨਸ਼ਾਅੱਲਾ। ਆਪਣੀ ਗਾਂ ਦੇ ਆਪਣੀ ਚੁੰਗ ਦਿੱਤਾ ਨਹੀਂ? ਨਾ ਜੀ, ਕੋਈ ਹੈ ਆਪਣੀ ਥਾਣ ਚ ਗੰਢ ਮਰੋੜੀ ਫੁਹਾਰ ਹੋਵੇ, ਗਾਂ ਆਪਦੇ ਆਪ ਨੂੰ ਚੁੰਗੇ ਤੇ ਆਪਾਂ ਆਪਣੀ ਵਾਪਸੀ, ਆਪਣੀ ਵਾਪਸੀ ਹੈ। ਹਾਂਜੀ। ਅੱਛਾ ਰਿਆਜ਼ ਭਾਈ, ਭਰਾ ਹੈ ਸਾਡਾ ਸ਼ਹਿਜ਼ਾਦਾ ਵੀਰ ਹੈ, ਗਾਂ ਦਾ ਮੁੱਲ ਉਹ ਕਰੀ ਕਿ ਜਿਹੜਾ ਆਪਾਂ ਦੁੱਧ ਨੂੰ ਵੇਖ ਕੇ ਤੇ ਆਪਦੇ ਜਾਨਵਰ ਦੇ ਵਜੂਦ ਨੂੰ ਵੇਖ ਕੇ ਤੇ ਸਾਰੀ ਗੱਲ ਨੂੰ ਵੇਖ ਕੇ ਤੇ ਜੋ ਇਸ ਟਾਈਮ ਹਾਲਾਤ ਨੇ ਚਾਰੋਂ ਪਾਸੋਂ, ਹਾਂਜੀ ਬਿਲਕੁਲ, ਗੋਲ ਗਦੇਰਾ ਆਪਣੇ ਵਿਚਾਲੇ ਆਪਾਂ ਖੜੇ ਆ, ਜੋ ਹਾਲਾਤ ਨੇ ਆਸੇ ਪਾਸੇ ਆਪਾਂ ਵੇਂਦੇ ਫਿਰਨੇ ਆ, ਉਹਦੇ ਮੁਤਾਬਕ ਮੁੱਲ ਕਰਨਾ ਕਿ ਜੇ ਆਪਣੀ ਵੀਡੀਓ ਲੱਗਿਆ ਜਾਨਵਰ ਵਿਕ ਜਾਵੇ। ਆਪਣਾ ਜਾਨਵਰ ਚੈਨਲ ਤੇ ਲੱਗਿਆ ਨਾ ਜੀ, ਜੀ ਜੀ, ਤੇ ਲੋਕ ਜਨਾਬ ਮੇਰੀ 3600 ਚੈਨਲ ਵੇਖਣ ਵੀਰ, ਠੀਕ ਹੈ ਜੀ, ਤੇ ਫਿਰ ਆਪਾਂ ਨੂੰ ਆਪ ਫੈਸਲਾ ਕਰਨਗੇ ਜਨਾਬ ਮੇਰੀ ਜਾਇਜ਼ ਮੁੱਲ, ਜਾਇਜ਼ ਮੁੱਲ। ਮੁੱਲ ਕੀ ਆਪਣੀ ਗਾਂ ਦਾ ਲੈਣਾ? ਮੁੱਲ ਜਾਇਜ਼ ਮੁਨਾਸਬ 3,20,000, 3,20,000 ਰੁਪਏ, 3,20,000 ਚ ਕੋ ਵੀਰ ਪਿਆਰ ਮੁਹੱਬਤ ਸ਼ਫਕਤ ਤੇ ਲਾਡ ਕਰਾਵੇ। ਬਿਲਕੁਲ ਕਰਾਂਗੇ, ਬਿਲਕੁਲ ਕਰਾਂਗੇ ਜਨਾਬ। 3,20,000 ਬਾਈ ਦੀ ਡਿਮਾਂਡ ਹੈ, ਪਿਆਰ ਮੁਹੱਬਤ ਸ਼ਫਕਤ ਇਹਦੇ ਵਿੱਚ ਮੌਜੂਦ ਹੈ। ਵੈਟ ਦਾ ਮੈਂ ਆਪਣੇ ਵੀਰਾਂ ਨੂੰ ਪੂਰੀ ਦਿਖਾ ਦਿੱਤੀ, ਪੂਰੀ ਤਸੱਲੀਆਂ ਕਰਾ ਦਿੱਤੀਆਂ ਨੇ, ਲੈਣ ਦੇਣ ਮੁਕੱਦਰਾਂ ਦਾ ਸੌਦਾ ਵੀਰੋ ਨਸੀਬਾਂ ਦਾ। ਵੈਟ ਬਿਲਕੁਲ ਕਾਗਜ਼ੀ ਨਿੰਬੂ, ਥਣ ਚੰਗਾ, ਵੈਟ ਦਾ ਵਜੂਦ ਚੰਗਾ, ਵੈਟ ਦੀ ਨਸਲ ਚੰਗੀ। ਜਿਹੜਾ ਮੇਰਾ ਭਰਾ ਇਸ ਵੈਟ ਦਾ ਲੈਣ ਦਾ ਖੁਆਇਸ਼ਮੰਦ ਹੈ, ਉਹ ਰਾਬਤਾ ਨੰਬਰ ਲੈ ਸਕਦਾ 0300 ਪੂਰਾ ਜੀ 510-4051। ਵੀਰੇ ਇਸੇ ਤੇ ਹਮੇਸ਼ਾ ਤਰ੍ਹਾਂ ਆਪਣਾ ਵਟਸਐਪ ਨੰਬਰ ਹੁੰਦਾ ਹੈ ਔਰ ਇਸੇ ਤੇ ਆਪਣਾ ਰਾਬਤਾ ਨੰਬਰ ਹੁੰਦਾ ਹੈ। ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਦ ਨੂੰ ਦੇਣੀ ਇਜਾਜ਼ਤ। ਅੱਲਾ ਨਿਗਹਬਾਨ, ਪਾਕਿਸਤਾਨ ਜ਼ਿੰਦਾਬਾਦ।